ਦੂਜੇ ਪਾਸੇ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ ਜੇਲ੍ਹ 'ਚ, ਉਹਦੇ 'ਤੇ ਮੂੰਹ ਬੰਦ ਸੀ ਇਹਦਾ। ਹਾਲਾਂਕਿ ਸਿੱਧੂ ਮੂਸੇਵਾਲਾ ਨੂੰ ਸਿਆਸਤ 'ਚ ਹੀ ਲੈ ਕੇ ਆਇਆ ਨਾ, ਇਹ ਨਾ ਸਿਆਸਤ 'ਚ ਲੈ ਕੇ ਆਉਂਦਾ ਤਾਂ ਹੋ ਸਕਦਾ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ। ਜੇ ਉਹਦੀ ਲਾਸ਼ ਦਾ ਅੰਤਿਮ ਸੰਸਕਾਰ ਨਾ ਹੁੰਦਾ ਬਾਈ ਜੀ, ਤਾਂ ਹੋ ਸਕਦਾ ਅੱਜ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਾ ਹੁੰਦੀ। ਬਿਲਕੁਲ ਬਿਲਕੁਲ, ਇਹ ਸਾਰਾ ਪੰਜਾਬ ਜਾਣਦਾ। ਕਮਲ ਜੀ, ਕਾਂਗਰਸੀ ਹੋ ਕੇ ਕਾਂਗਰਸ ਦੇ ਖਿਲਾਫ਼ ਖੜ ਰਹੇ ਹੋ ਜਾਂ ਹੋਰ ਪਾਰਟੀ ਦੇ ਖਿਲਾਫ਼? ਨਹੀਂ, ਆਪਾਂ ਖਿਲਾਫ਼ ਕਿਸੇ ਦੇ ਨਹੀਂ, ਆਪਾਂ ਤਾਂ ਆਪਦਾ ਵਿਚਾਰ ਲੈ ਕੇ ਚੱਲੇ ਹਾਂ। ਉਹ ਵਿਚਾਰ ਜਿਹੜਾ ਬਾਬੇ ਸਰਾਭੇ ਦਾ ਵਿਚਾਰ ਆ, ਸਾਵਰਕਰ ਦੇ ਵਿਚਾਰ ਨੂੰ ਹਰਾਉਣ ਵਾਸਤੇ, ਸਾਵਰਕਰ ਦੇ ਵਿਚਾਰ ਨੂੰ ਲੋਕਾਂ ਸਾਹਮਣੇ ਨੰਗਾ ਕਰਕੇ ਲੈ ਕੇ ਚੱਲੇ ਹਾਂ। ਆਪਾਂ ਤਾਂ ਆਪਦਾ ਮਿਸ਼ਨ ਆਪਣਾ, ਕਿਸੇ ਨਾਲ ਕੋਈ ਰੌਲਾ ਨਹੀਂ, ਆਪਾਂ ਤਾਂ ਆਪਦਾ ਵਿਚਾਰ ਦੱਸਣ ਲੈ ਕੇ ਚੱਲੇ ਹਾਂ ਵੀ ਅਸੀਂ ਆਹ ਲੋਕ ਨੇ ਜਿਨ੍ਹਾਂ ਨੇ ਆਹ ਲੋਕਾਂ ਨੇ ਮੁਲਕ ਬਚਾਇਆ ਸੀ, ਉਹਨਾਂ ਦੇ ਪੁੱਤਰ ਹਾਂ, ਅਸੀਂ ਉਹਨਾਂ ਦੇ ਪੈਰੋਕਾਰ ਹਾਂ। ਦੂਜੇ ਪਾਸੇ ਉਹ ਨੇ ਜਿਹੜੇ ਮਾਫੀਆ ਮੰਗਦੇ ਰਹੇ ਆ, ਜਾਨਾਂ ਬਚਾਉਣ ਲਈ, ਕੁਰਸੀਆਂ ਲਈ ਦਲ ਬਦਲਦੇ ਰਹੇ, ਦੂਜੇ ਪਾਸੇ ਉਹ। ਪਰ ਕਿਹਾ ਜਾਂਦਾ ਕਿ ਕੁਛ ਦੇਰ ਪਹਿਲਾਂ ਜਦੋਂ ਤੁਸੀਂ, ਤੁਹਾਨੂੰ ਪਾਰਟੀ 'ਚੋਂ ਕੱਢਿਆ ਗਿਆ ਸੀ ਰਾਜਾ ਵੜਿੰਗ ਵੱਲੋਂ, ਅਤੇ ਉਸ ਵੇਲੇ ਤੁਸੀਂ ਐਲਾਨ ਕੀਤਾ ਸੀਗਾ ਕਿ ਤੁਹਾਡੇ ਖਿਲਾਫ਼ ਮੈਂ ਮੈਦਾਨ 'ਚ ਉਤਰੂੰਗਾ, ਕਿਤੇ ਇਹੀ ਤਾਂ ਨਹੀਂ ਖੁੰਦਕ ਲੈ ਕੇ ਆ ਗਏ ਮੈਦਾਨ ਦੇ ਵਿੱਚ? ਖੁੰਦਕ ਨਹੀਂ ਹੁੰਦੀ, ਇਹਨੂੰ ਖੁੰਦਕ ਸ਼ਬਦ ਨਹੀਂ ਕਹਿ ਸਕਦੇ ਆਪਾਂ। ਅਸੀਂ, ਮੈਂ ਤਾਂ ਅੱਜ ਤੋਂ 10 ਦਿਨ ਪਹਿਲਾਂ ਐਲਾਨ ਕਰਤਾ ਸੀ, 12 ਦਿਨ ਪਹਿਲਾਂ। ਮੀਡੀਆ 'ਚ ਹੀ ਤੁਹਾਡੇ ਮੀਡੀਆ ਦੇ ਭਰਾ ਸੀਗੇ, ਇੰਟਰਵਿਊ ਕਰਕੇ ਗਏ ਸੀ, ਮੈਂ ਉਸ ਦਿਨ ਕਿਹਾ ਤਾਂ ਸੀ ਮੈਂ ਤਾਂ ਲੁਧਿਆਣੇ ਲੜੂੰਗਾ। ਅਤੇ ਇਹ ਤਾਂ ਹੁਣ ਪਾਤਸ਼ਾਹ ਨੇ ਮੇਰੇ 'ਤੇ ਰਹਿਮਤ ਕੀਤੀ ਆ, ਇਹਨੇ ਮੇਰੇ ਹੱਥੋਂ ਮਾਤ ਖਾਣੀ ਹੈ, ਇਹਨੇ ਮੇਰੇ ਕੋਲ ਹੁਣ ਚੱਲ ਕੇ ਆਇਆ ਆਪ ਇਹ ਕਾਂਗਰਸ ਦਾ ਪ੍ਰਧਾਨ। ਕਿਉਂਕਿ ਵਿਚਾਰਾਂ ਦੇ ਵਿੱਚ ਗੰਦਗੀ ਹੈ, ਵਿਚਾਰਾਂ ਦੇ ਵਿੱਚ ਮੈਲ ਹੈ ਇਸ ਇਨਸਾਨ ਦੇ। ਧਰਮਾਂ ਦੇ ਵਿੱਚ ਵੰਡਣਾ ਚਾਹੁੰਦਾ ਹੈ, ਫਿਰਕੂ ਪੱਤਾ ਖੇਡਦਾ ਹਰ ਜਗ੍ਹਾ 'ਤੇ। ਇਹ ਫਿਰਕੂ ਪੱਤਾ ਖੇਡਣ ਵਾਲੇ ਨੂੰ ਲੋਕ, ਕੱਲ੍ਹ ਦੇਖਿਆ ਨਾ ਆਪਾਂ ਕਿਵੇਂ ਸੜਕਾਂ 'ਤੇ ਖੜ੍ਹੇ ਸੀਗੇ, ਕੋਈ ਬੰਦਾ ਸਿੱਖਾਂ ਦੇ ਘਰੇ ਜੰਮਿਆ ਹੋਵੇ ਅਤੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਸਰਦਾਰ ਉਹਨੂੰ ਸਿੱਖ ਵਿਰੋਧੀ ਦਾ ਉਹਨੂੰ ਖਿਤਾਬ ਦੇਣ, ਉਹਦਾ ਵਿਰੋਧ ਕਰਨ, ਦੇਖਿਆ ਕਿ ਨਹੀਂ? ਕਿਉਂਕਿ ਅੰਮ੍ਰਿਤ ਛਕਾਉਣ ਵਾਲੇ ਨੌਜਵਾਨਾਂ ਦੇ ਖਿਲਾਫ਼ ਡੀ ਜੀ ਪੀ ਨੂੰ ਚਿੱਠੀਆਂ ਲਿਖਦਾ ਸੀ। ਦੂਜੇ ਪਾਸੇ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ ਜੇਲ੍ਹ 'ਚ, ਉਹਦੇ 'ਤੇ ਮੂੰਹ ਬੰਦ ਸੀ ਇਹਦਾ। ਹਾਲਾਂਕਿ ਸਿੱਧੂ ਮੂਸੇਵਾਲਾ ਨੂੰ ਸਿਆਸਤ 'ਚ ਹੀ ਲੈ ਕੇ ਆਇਆ ਨਾ, ਇਹ ਨਾ ਸਿਆਸਤ 'ਚ ਲੈ ਕੇ ਆਉਂਦਾ ਤਾਂ ਹੋ ਸਕਦਾ ਸਿੱਧੂ ਮੂਸੇਵਾਲਾ 'ਚ ਜਿਉਂਦਾ ਹੁੰਦਾ, ਉਹਦੀ ਖਾਤਰ ਤਾਂ ਬੋਲਿਆ ਨਹੀਂ। ਤੁਹਾਡੇ ਕਹਿਣ ਦਾ ਮਤਲਬ ਕਿ ਇਹਨਾਂ ਦੀ ਵਜ੍ਹਾ ਕਰਕੇ ਹੀ ਸਿੱਧੂ ਮੂਸੇਵਾਲਾ ਦੀ ਕਤਲ ਹੋ ਜਾਣਾ? ਵਜ੍ਹਾ ਕਰਕੇ ਨਹੀਂ ਕਹਿ ਸਕਦਾ ਮੈਂ। ਦੇਖੋ, ਉਹਨਾਂ ਦੇ ਪਰਿਵਾਰ ਨਾਲ ਝੂਠੀਆਂ ਹਮਦਰਦੀਆਂ ਜਾ ਕੇ ਫੋਟੋਆਂ ਖਿਚਵਾਉਣੀਆਂ, ਇੱਥੋਂ ਤਾਂ ਅੱਗੇ ਵਧਿਆ ਨਹੀਂ ਨਾ। ਜੇ ਚਲੋ ਉਹਦੀ ਖਾਤਰ ਕਿਤੇ ਬੈਠਾ ਵੀ ਨਹੀਂ, ਉਹ ਤਾਂ ਚਲੋ ਇੱਕ ਤੁਸੀਂ ਕਹਿੰਦੇ ਹੋ ਕਿ ਇੱਕ ਸੈਲੀਬ੍ਰਿਟੀ ਸੀ, ਲੋਕ ਕਹਿੰਦੇ ਚਲੋ ਸਿੰਗਰ ਸੀ, ਬਹੁਤ ਉਹਨੂੰ ਲੋਕ ਜਾਣਦੇ ਸੀ, ਪਰ ਉਸ ਤੋਂ ਬਿਨਾਂ ਇੱਕ ਕਾਂਗਰਸ ਦਾ ਉਮੀਦਵਾਰ ਸੀ ਨਾ, ਉਹ ਕਾਂਗਰਸ ਦੇ 117 ਉਮੀਦਵਾਰ ਸੀ, 117 ਦੇ ਵਿੱਚੋਂ ਇੱਕ ਦਾ ਕਤਲ ਹੁੰਦਾ ਹੈ, ਕਾਂਗਰਸ ਦੇ ਪ੍ਰਧਾਨ ਨੇ ਉਹਦੀ ਖਾਤਰ ਕੀ ਕੀਤਾ? ਇਹ ਕਹਿੰਦਾ ਸੀ ਮੇਰਾ ਦੋਸਤ ਆ, ਉਹ ਬਾਈ ਬਾਈ ਕਹਿੰਦਾ ਸੀ, ਇਹਨੇ ਆਪਦੇ ਭਰਾ ਦੀ ਖਾਤਰ ਕੀ ਕੀਤਾ? ਮਾਪਿਆਂ ਕੋਲ ਝੂਠੀ ਹਮਦਰਦੀ ਤੋਂ ਬਿਨਾਂ, ਫੋਟੋਆਂ ਖਿਚਾਉਣ ਤੋਂ ਬਿਨਾਂ ਕਿੱਥੇ ਮੋਰਚਾ ਲਾਇਆ ਉਹਦੀ ਖਾਤਰ? ਹੋਰ ਥਾਵਾਂ 'ਤੇ ਤੁਹਾਡੇ ਕਹਿਣ ਦਾ ਮਤਲਬ ਕਿ ਉਹਨਾਂ ਨੂੰ ਯੂਜ਼ ਕੀਤਾ ਗਿਆ, ਸਿੱਧੂ ਮੂਸੇਵਾਲੇ ਨੂੰ ਯੂਜ਼ ਕੀਤਾ? ਬਿਲਕੁਲ ਬਿਲਕੁਲ, ਇਹ ਸਾਰਾ ਪੰਜਾਬ ਜਾਣਦਾ, ਸਾਰਾ ਪੰਜਾਬ ਜਾਣਦਾ ਵੀ ਉਹਨੂੰ ਵਰਤਿਆ ਹੈ ਨਾ, ਸਾਰਾ ਹੀ ਪੰਜਾਬ ਜਾਣਦਾ ਕਿ ਸਿੱਧੂ ਮੂਸੇਵਾਲੇ ਨੂੰ ਵਰਤਿਆ ਗਿਆ। ਅਤੇ ਉਹਦੇ ਕਤਲ ਤੋਂ ਬਾਅਦ ਉਹਦੇ ਮਾਪਿਆਂ ਨਾਲ ਹਮਦਰਦੀ ਕਰ, ਉਹ ਸੜਕਾਂ 'ਤੇ ਬਹਿੰਦੇ ਯਾਰ। ਜੇ ਉਹਦੀ ਲਾਸ਼ ਦਾ ਅੰਤਿਮ ਸੰਸਕਾਰ ਨਾ ਹੁੰਦਾ ਬਾਈ ਜੀ, ਤਾਂ ਹੋ ਸਕਦਾ ਅੱਜ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਾ ਹੁੰਦੀ। ਕਿਉਂਕਿ ਐਸੀ ਮੂਵਮੈਂਟ ਖੜ੍ਹੀ ਹੋਣੀ ਸੀ, ਇਹਨਾਂ ਦੇ ਖਿਲਾਫ਼ ਐਸਾ ਵਿਰੋਧ ਖੜ੍ਹਾ ਹੋਣਾ ਸੀ। ਸੋ ਉਦੋਂ ਫੜ ਕੇ ਧੱਕੇ ਨਾਲ ਮਾਪਿਆਂ ਨੂੰ ਤਾਂ ਸੁੱਧ ਬੁੱਧ ਨਹੀਂ ਸੀ, ਉਦੋਂ ਸੰਸਕਾਰ ਕਰਾਇਆ ਜਾਂਦਾ। ਅਸੀਂ ਆਮ ਲੋਕ, ਕਿਤੇ ਪਿੰਡਾਂ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ, ਕੋਈ ਕਤਲ ਹੋ ਜਾਂਦਾ, ਕਿਸੇ ਦੀ ਮੌਤ ਹੋ ਜਾਂਦੀ, ਅਸੀਂ ਲਾਸ਼ ਉਹਨਾਂ 'ਚ ਨਹੀਂ ਚੱਕਦੇ ਜਿੰਨਾ ਚਿਰ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਜਿੰਨਾ ਚਿਰ ਦੋਸ਼ੀਆਂ ਦੇ ਉੱਤੇ ਪਰਚਾ ਨਹੀਂ ਹੁੰਦਾ ਅਤੇ ਫੜੇ ਨਹੀਂ ਜਾਂਦੇ। ਇਹ ਤੁਸੀਂ ਪਿੰਡੋ ਪਿੰਡ ਜਾ ਕੇ ਦੇਖ ਸਕਦੇ ਹੋ, ਬਹੁਤ ਵਾਰ ਅਸੀਂ ਇਹ ਕੀਤਾ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਰਵਨੀਤ ਸਿੰਘ ਬਿੱਟੂ ਜੇ ਰਾਜਾ ਵੜਿੰਗ ਦੇ ਖਿਲਾਫ਼ ਜਾਂ ਕਾਂਗਰਸ ਦੇ ਖਿਲਾਫ਼ ਜੋ ਵੀ ਬੋਲ ਰਹੇ ਹੋ, ਬਿਲਕੁਲ ਸਹੀ ਬੋਲ ਰਹੇ ਨੇ? ਦੇਖੋ, ਉਹ ਉਹਨਾਂ ਦੀ ਆਪਦੀ ਲੜਾਈ ਹੈ, ਉਹ ਬੋਲਣ, ਮੈਂ ਉਹਨੂੰ ਤਸਦੀਕ ਨਹੀਂ ਕਰਦਾ ਕੌਣ ਕੀ ਬੋਲ ਰਿਹਾ। ਤੁਸੀਂ ਵੀ ਕਾਂਗਰਸੀ ਰਹੇ ਹੋ ਕਿਤੇ ਨਾ ਕਿਤੇ, ਤੁਸੀਂ ਵੀ ਇਸ ਪਾਰਟੀ ਨਾਲ ਜੁੜੇ ਰਹੇ ਹੋ, ਲੰਬੇ ਸਮੇਂ ਤੱਕ ਕੰਮ ਕੀਤਾ ਵਾ, ਦੋਨੋਂ ਪਾਰਟੀਆਂ ਦੇ ਦੋਨੋਂ ਨੁਮਾਇੰਦਿਆਂ ਨੂੰ ਬੜੇ ਨਜ਼ਦੀਕ ਤੋਂ ਦੇਖਿਆ ਵਾ।
ਦੋਨੇ ਮੇਰੇ ਕਿਸੇ ਵੇਲੇ ਭਰਾ ਰਹੇ ਆ ਨਾ, ਮੈਂ ਫਿਰ ਉਹੀ ਗੱਲ ਕੀਤੀ ਨਾ, ਜਦੋਂ ਇਹਨਾਂ ਦਾ ਵਿਚਾਰ ਬਦਲ ਗਿਆ, ਜਦੋਂ ਇਹਨਾਂ ਦੇ ਵਿਚਾਰ ਵਿੱਚ ਨਫ਼ਰਤ ਆ ਗਈ, ਆਪਾਂ ਇਹਨਾਂ ਤੋਂ ਪਾਸੇ ਹੋ ਗਏ, ਆਪਾਂ ਕਿਨਾਰਾ ਕਰ ਲਿਆ। ਉਹ ਤਿੰਨੇ ਹੀ ਕਾਂਗਰਸੀ ਰਹੇ ਹਾਂ ਅਸੀਂ, ਅੱਜ ਲੜਤਾ ਤਿੰਨੇ ਕਾਂਗਰਸੀ ਰਹੇ ਹਾਂ ਨਾ, ਇਹਨਾਂ ਦੋਨਾਂ ਨੂੰ ਤਾਂ ਲੋਕਾਂ ਨੇ ਵੇਖਿਆ ਹੋਇਆ। ਰਾਜੇ ਵੜਿੰਗ ਨੂੰ ਤਿੰਨ ਵਾਰੀ MLA ਬਣਾ ਕੇ ਵੇਖ ਲਿਆ, ਕੀ ਬਣਾਤਾ ਪੰਜਾਬ ਦਾ, ਕੀ ਸਵਾਰਤਾ। ਰਵਨੀਤ ਬਿੱਟੂ ਨੂੰ ਤਿੰਨ ਵਾਰੀ MP ਬਣਾ ਕੇ ਦੇਖ ਲਿਆ, ਲੋਕਾਂ ਨੇ ਕੀ ਸਵਾਰਤਾ ਲੁਧਿਆਣੇ ਦਾ। ਦੇਖਣ ਨਾ ਨਵੇਂ ਨੂੰ, ਦੇਖਣ ਨਾ ਮੇਰੇ ਵਿਚਾਰ ਨੂੰ, ਦੇਖਣ ਨਾ ਮੇਰੀ ਸੋਚ ਨੂੰ ਕਿ ਹਾਂ ਕੀ ਇਹ ਮੋਦੀ ਨਾਲ ਲੜ ਸਕਦਾ, ਇਹ ਰਾਹੁਲ ਗਾਂਧੀ ਨਵੇਂ ਨਵੇਂ। ਤਾਂ ਫਿਰ ਆਮ ਆਦਮੀ ਪਾਰਟੀ ਵੀ ਉਤਰੀ ਹੋਈ ਹੈ ਮੈਦਾਨ 'ਚ। ਆਮ ਆਦਮੀ ਪਾਰਟੀ ਨੂੰ ਤਾਂ ਦੇਖ ਲਿਆ ਲੋਕਾਂ ਨੇ, 2 ਸਾਲਾਂ 'ਚ ਕੀ ਸਵਾਰਿਆ ਲੋਕਾਂ ਦਾ, ਦੱਸਣ ਨਾ। ਉਹ ਕਹਿੰਦੇ ਸੀ ਅਸੀਂ 24 ਘੰਟਿਆਂ 'ਚ ਬੇਅਦਬੀ ਦਾ ਇਨਸਾਫ ਦੇਵਾਂਗੇ, 4 ਹਫ਼ਤਿਆਂ 'ਚ ਅਸੀਂ ਨਸ਼ਾ ਬੰਦ ਕਰ ਦਿਆਂਗੇ। ਦੱਸੋ, ਨਸ਼ਾ ਬੰਦ ਹੋਇਆ, ਬੇਅਦਬੀ ਦਾ ਇਨਸਾਫ ਮਿਲਿਆ? ਉਹਨਾਂ ਦੀ ਪਾਰਟੀ ਦਾ ਹੀ ਇੱਕ MLA ਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ 'ਚ ਚੀਕਾਂ ਮਾਰ ਮਾਰ ਮਿੰਨਤਾਂ ਕਰ ਕਰ ਝੋਲੀਆਂ ਅੱਡ ਅੱਡ ਬੇਅਦਬੀ ਦੇ ਮੁੱਦੇ 'ਤੇ ਗੱਲ ਕਰਨ ਲਈ ਸਮਾਂ ਮੰਗਦਾ ਰਿਹਾ। ਗੁਰੂ ਸਾਹਿਬ ਦੀ ਬੇਅਦਬੀ, ਜਿਹੜਾ ਨੇ ਗੁਰੂ ਤੋਂ ਬੇਮੁੱਖ ਹੋ ਗਏ, ਪਹਿਲਾਂ ਬਾਦਲ ਬੇਮੁੱਖ ਹੋਏ, ਫਿਰ ਕੈਪਟਨ ਬੇਮੁੱਖ ਹੋਇਆ, ਹੁਣ ਭਗਵੰਤ ਬੇਮੁੱਖ ਹੋਇਆ। ਜਿਹੜੇ ਖੂਹਾਂ 'ਤੇ ਜੋ ਡਿੱਗੇ ਉਸ 'ਚ ਡਿੱਗਣ ਜਾ ਰਿਹਾ, ਡਿੱਗੀ ਪਿਆ ਆਲਮੋਸਟ। ਹੁਣ ਇੱਥੇ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਵੋਟਾਂ ਪਾ ਦੇਣਗੇ ਲੋਕ ਤਿੰਨਾਂ ਨੂੰ? ਲੋਕ ਸਮਝ ਚੁੱਕੇ ਆ, ਲੋਕ ਜਾਗਰੂਕ ਆ, ਲੋਕ ਲੋਕਤੰਤਰ ਵਿੱਚ ਲੋਕ ਸਿਆਣੇ ਅਤੇ ਵੱਡੇ ਹੁੰਦੇ ਆ। ਲੋਕਾਂ ਦੀ ਸਿਆਣਪ ਦਾ ਹੁਣ ਸਾਹਮਣੇ ਲਿਆਉਣ ਦਾ ਸਮਾਂ ਆ ਗਿਆ। ਲੁਧਿਆਣੇ ਦੇ ਲੋਕਾਂ ਨੂੰ ਇਹ ਫੈਸਲਾ ਲੈਣਾ ਹੀ ਪੈਣਾ ਹੈ ਕਿ ਰਵਾਇਤੀ ਉਹਨਾਂ ਚੋਰਾਂ ਠੱਗਾਂ ਦੇ ਨਾਲ ਤੁਰਨਾ ਹੈ ਜਾਂ ਆਪਦੇ ਪੁੱਤ ਨਾਲ ਤੁਰਨਾ ਹੈ, ਜਿਹੜਾ ਹਰੇਕ ਮੁੱਦੇ 'ਤੇ ਥੋੜ੍ਹੀ ਲੜਾਈ ਲੜਦਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਦੋਂ ਸੜਕਾਂ 'ਤੇ ਬਹਿੰਦੇ ਰਹੇ ਜਦੋਂ ਸਰਕਾਰ ਕਾਂਗਰਸ ਦੀ ਆਈ। ਮੈਂ ਕਾਂਗਰਸੀ ਹੁੰਦਿਆਂ ਹੋਇਆਂ ਮੋਰਚੇ ਦੇ ਵਿੱਚ ਬੈਠਾ, ਸਟੇਜ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਣਤਾਂ ਪਾਈਆਂ। ਮੈਂ ਲਖੀਮਪੁਰ ਖੀਰੀ ਕਿਸਾਨਾਂ ਨਾਲ ਜਾ ਕੇ ਬੈਠਾ, ਉਹਨਾਂ ਦੀ ਜਿਨ੍ਹਾਂ ਦੇ ਉੱਤੇ ਭਾਜਪਾ ਦੇ ਆਗੂ ਨੇ ਗੱਡੀਆਂ ਚੜ੍ਹਾਈਆਂ, ਕਿਸਾਨ ਅੰਦੋਲਨ 'ਚ ਪਹਿਲੇ ਦਿਨ ਤੋਂ ਜਾ ਕੇ ਬੈਠਾ। ਨਵਰੀਤ ਸਿੰਘ ਡਿਵਟ ਬਾਜੀਰਾ ਪੁਲਿਸ ਦੀ ਗੋਲੀ ਨਾਲ ਮਰਿਆ, ਡਿਵਟ ਵੇ ਗਿਆ ਉੱਤਰਾਖੰਡ ਦੇ ਵਿੱਚ। ਇਹਨਾਂ 'ਚੋਂ ਦੱਸੋ ਇੱਕ ਵੀ ਬੰਦਾ ਲੋਕਾਂ ਦੀ ਲੜਾਈ ਲਈ ਕਿਤੇ ਪਹੁੰਚਿਆ, ਕਿਤੇ ਸੜਕ 'ਤੇ ਆਇਆ? ਜੇ ਹਾਂ, ਇਹ ਕਹਿ ਸਕਦੇ ਹਾਂ ਕਿ ਬਿੱਟੂ ਹੋਰਾਂ ਨੇ ਆਪਦੇ ਭਰਾ ਨੂੰ ਜ਼ਰੂਰ ਨੌਕਰੀ ਦਿਵਾ ਲਈ ਹੈ DSP ਦੀ, ਅਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਇੱਕ ਬੰਦਾ ਵੀ ਦੱਸੇ, ਇੱਕ ਵੀ ਗਰੀਬ ਪਰਿਵਾਰ ਦੱਸੇ ਵੀ ਜਿਹਦੇ ਬੱਚੇ ਨੂੰ ਬਿੱਟੂ ਨੇ ਨੌਕਰੀ ਦਿੱਤੀ, ਬਿੱਟੂ ਦੱਸ ਦੇਵੇ ਕਿ ਕਿਸੇ ਬੱਚੇ ਨੂੰ ਨੌਕਰੀ ਦਿਵਾਈ ਹੈ ਸਿਵਾਏ ਆਪਦੇ ਭਰਾ ਤੋਂ। ਚਲੋ, ਪਰ ਕਹਿੰਦੇ ਨੇ ਕਿ ਟਿਕਟ ਦੇ ਚਾਹਵਾਨ ਤੁਸੀਂ ਵੀ ਸੀਗੇ, ਟਿਕਟ ਨਹੀਂ ਮਿਲੀ ਇਸੇ ਕਰਕੇ ਮੈਦਾਨ? ਮੈਂ ਕਦੇ ਇੱਕ ਵੀ ਲੀਡਰ ਕਾਂਗਰਸ ਦਾ ਕਹੇ ਕਿ ਮੈਂ ਕਦੇ ਟਿਕਟ ਮੰਗੀ ਆ, ਮੈਂ ਕਿਸੇ ਕੋਲ ਗਿਆ ਹੈ। ਕੋਈ ਵੀ ਕਹੇ ਲੀਡਰ ਕਾਂਗਰਸ ਦਾ ਕਿ ਕਮਲਜੀਤ ਸਿੰਘ ਟਿਕਟ ਦਾ ਚਾਹਵਾਨ ਸੀ, ਮੈਂ ਕੰਮ ਕੀਤਾ ਲੋਕਾਂ ਲਈ, ਮੈਂ ਕਦੇ ਮੰਗਣ ਨਹੀਂ ਗਿਆ। ਹਾਲਾਂਕਿ ਮੇਰੇ ਪਿਤਾ ਜ਼ਰੂਰ ਕਹਿੰਦੇ ਸੀ ਕਿ ਕਮਲ ਜੀ ਤੂੰ ਟਿਕਟ ਲੈ ਲਾ, ਟਿਕਟ 'ਤੇ ਲੜ, ਕਿਉਂਕਿ ਉਹਨਾਂ ਦਾ ਕਾਂਗਰਸ ਨਾਲ ਪਿਆਰ ਸੀ। ਅੱਜ ਉਹਨਾਂ ਨੇ ਵੀ ਕਾਂਗਰਸ ਨਾਲ, ਉਹਨਾਂ ਨੂੰ ਵੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਇੰਨੇ ਸਾਲਾਂ ਦੀ ਕੁਰਬਾਨੀ ਦਾ ਕਾਂਗਰਸ ਮੁੱਲ ਨਹੀਂ ਪਾ ਰਹੀ, ਤਾਂ ਉਹ ਵੀ ਅੱਜ ਮੇਰੇ ਨਾਲ ਨੇ। ਪਹਿਲਾਂ ਮੈਨੂੰ ਉਹ ਵੀ ਸਮਝਾਉਂਦੇ ਸੀ ਕਿ ਪੁੱਤ ਟਿਕਟ 'ਤੇ ਚੋਣ ਲੜੀ, ਮੈਂ ਕਿਹਾ ਆਪਾਂ ਨੂੰ ਟਿਕਟ ਕਿਹਨੇ ਦੇਣੀ ਹੈ, ਨਾ ਆਪਾਂ ਕਿਸ ਤੋਂ ਮੰਗਣੀ ਆ। ਅੱਜ ਤੱਕ ਨਾ ਮੰਗੀ ਹੈ MLA ਟਿਕਟ, ਮੈਂ ਇਹ ਵੀ ਦੱਸ ਦਿਆ ਤੁਹਾਨੂੰ, ਕਲੀਅਰ ਕਰ ਦਿਆ, 2017 ਦੇ ਵਿੱਚ ਆਹੀ ਰਾਜਾ ਵੜਿੰਗ ਮੈਨੂੰ MLA ਟਿਕਟ ਦਿੰਦਾ ਸੀ, ਕਹਿੰਦੇ ਤੂੰ ਲੜਨਾ ਹੈ। ਮੈਂ ਉਸ ਵੇਲੇ ਚਾਹੁੰਦਾ ਸੀ ਕਿ ਮੇਰੇ ਪਿਤਾ ਜੀ ਹੀ ਲੜਨ, ਮੇਰੇ ਪਿਤਾ ਜੀ ਹੀ ਲੜੇ ਸੀ ਬਾਗੇ ਪੁਰਾਣ ਤੋਂ, ਉਹ MLA ਬਣੇ ਸੀ ਜਦੋਂ ਝਾੜੂ ਦਾ ਬਹੁਤ ਜ਼ਿਆਦਾ ਪ੍ਰਚਾਰ ਸੀ ਝਾੜੂ ਦਾ ਉਦੋਂ। ਉਸ ਵੇਲੇ ਕਹਿ ਸਕਦੇ ਹਾਂ ਵੀ ਇਹਨਾਂ ਦੀ ਸੋਸ਼ਲ ਮੀਡੀਆ ਉੱਤੇ ਬੜੀ ਹਵਾ ਸੀ, ਤਾਂ ਉਸ ਵੇਲੇ ਮੈਨੂੰ ਟਿਕਟ ਦਿੰਦਾ ਸੀ, ਮੈਨੂੰ ਕਹਿੰਦਾ ਕਾਗਜ਼ ਤਿਆਰ ਕਰ ਲਾ। ਮੈਂ ਉਸ ਵੇਲੇ ਕਿਹਾ ਮੈਂ ਟਿਕਟ ਛੱਡ ਦੂੰ, ਕਿਉਂਕਿ ਮੈਂ ਇਹਦੀ ਚਾਲ ਹੋਰ ਸੀ ਰਾਜੇ ਵੜਿੰਗ ਦੀ। ਇਹਨੂੰ ਇਹ ਸੀ ਕਿ ਮਾਲ ਵਿੱਚ ਦਰਸ਼ਨ ਸਿੰਘ ਬਰਾੜ ਸੀਨੀਅਰ ਨੇ, ਉਹ ਜਿੱਤਣਗੇ ਤਾਂ ਮੰਤਰੀ ਬਣਨਗੇ, ਮੈਨੂੰ ਕਿਸੇ ਨੇ ਬਣਾਉਣਾ ਨਹੀਂ, ਅਤੇ ਜੇ ਕਮਲਜੀਤ ਸਿੰਘ ਲੜੂਗਾ ਤਾਂ ਪਹਿਲੀ ਵਾਰ ਲੜੂਗਾ, ਮੈਂ ਤੋਂ ਜੂਨੀਅਰ ਹਾਂ। ਚਲੋ, ਫਿਰ MP ਦੇ ਇਲੈਕਸ਼ਨਾਂ 'ਚ ਹੁਣ ਇਹ ਕਿਉਂ ਉਤਰੇ ਨੇ, ਕਿਉਂ ਕੀ ਲੱਗਦਾ ਵਾ ਕਿ MP ਦੇ ਇਲੈਕਸ਼ਨਾਂ, ਕਿਉਂਕਿ ਪੰਜਾਬ ਪ੍ਰਧਾਨ ਹੈਗੇ ਨੇ, ਆਪਣੀ ਇੱਜ਼ਤ ਉਹਨਾਂ ਨੇ ਦਾਅ 'ਤੇ ਲਗਾ ਦਿੱਤੀ ਹੈ ਕਿਤੇ ਨਾ ਕਿਤੇ, ਕਿਉਂ ਲਗਾਈ ਹੈ? ਇਹ ਤਾਂ ਤੁਸੀਂ ਉਹਨੂੰ ਪੁੱਛੋ ਨੇ ਜਿੱਦਾਂ ਦਾਅ 'ਤੇ ਕਿਉਂ ਲਗਾਈ ਆ, ਇਹਦਾ ਜਵਾਬ ਤਾਂ ਉਹ ਤਾਂ ਪੁੱਛੋ, ਮੈਨੂੰ ਪੁੱਛੋ, ਮੈਂ ਕੋਈ ਲੜਨਾ? ਲੋਕਾਂ ਲਈ ਲੜਨਾ ਗੁਨਾਹ ਹੈ ਕੋਈ? ਚਲ, ਅਸੀਂ ਸਾਰੀ ਜ਼ਿੰਦਗੀ ਵੋਟਾਂ ਹੀ ਪਾਈ ਜਾਈਏ ਇਹਨਾਂ ਚੋਰਾਂ ਠੱਗਾਂ ਨੂੰ? ਚੋਰਾਂ ਠੱਗਾਂ ਵਾਸਤੇ ਥੋੜ੍ਹੇ ਲੋਕ ਬਣੇ ਆ, ਲੋਕ ਵੋਟਾਂ ਪਾਉਂਦੇ ਆ ਕਿ ਇਹ ਕੋਈ ਸਵਾਰਨ, ਸਾਡਾ ਸਾਡੇ ਪਿੰਡਾਂ ਦਾ, ਸਾਡੇ ਬੱਚਿਆਂ ਦਾ ਮੂੰਹ ਮਹਾਂਦਰਾ ਬਦਲ, ਅਤੇ ਅਸੀਂ ਹੁਣ ਇਹਨਾਂ ਚੋਰਾਂ ਠੱਗਾਂ ਤੋਂ ਨਜਾਤ ਦਿਵਾਉਣ ਦਾ ਮੌਕਾ ਆਇਆ ਹੈ। ਤੁਹਾਡਾ ਭਰਾ, ਤੁਹਾਡਾ ਪੁੱਤ ਆਇਆ ਹੈ ਮੈਦਾਨ ਦੇ ਵਿੱਚ, ਕਿਸੇ ਦਾ ਭਰਾ ਹੈ, ਕਿਸੇ ਦਾ ਪੁੱਤ ਆ, ਕਿਸੇ ਦਾ ਭਤੀਜਾ ਹੈ, ਅਤੇ ਸਾਥ ਦੇਣਗੇ ਲੋਕ ਚੋਰਾਂ ਠੱਗਾਂ ਤੋਂ ਨਜਾਤ ਦਿਵਾਉਣੀ ਆਇਆ ਮੈਂ। ਖੜੋਗੇ, ਲੜੋਗੇ? ਖੜੇ ਹਾਂ ਅਤੇ ਲੜੇ ਹਾਂ ਅਤੇ ਅੜੇ ਹਾਂ, ਹਮੇਸ਼ਾ ਹੀ ਅੜਦੇ ਲੜਦੇ ਆਏ ਹਾਂ। 10ਵੇਂ ਪਾਤਸ਼ਾਹ ਦਾ ਥਾਪੜਾ ਹੈ, ਉਹਨਾਂ ਨੇ ਕਿਹਾ ਸੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ, ਸਾਡਾ ਉਹਦੇ 'ਚ ਜ਼ਿਕਰ ਹੈ ਜ਼ਫਰਨਾਮਾ ਸਾਹਿਬ ਦੇ ਵਿੱਚ, ਹਮੇ ਕੌਮ ਬੈਰਾੜ ਹੁਕਮ ਰਾਸਤ,
ਕਿ ਬਰਾੜਾਂ ਦੀ ਕੌਮ ਮੇਰੇ ਕਹਿਣੇ 'ਚ ਆ, ਉਹਦੇ ਕਹਿਣੇ 'ਚ ਅਸੀਂ ਲੜਨ ਵਾਸਤੇ ਪੈਦਾ ਹੋਏ ਹਾਂ। ਅਸੀਂ ਬਾਗੀ ਹਾਂ ਸ਼ੁਰੂ ਤੋਂ, ਸਾਡਾ ਬਾਬਾ ਬਾਗੀ ਸੀ, ਅਸੀਂ ਬਾਗੀ ਹਾਂ, ਸਾਡਾ ਸਰਾਭਾ ਬਾਬਾ ਬਾਗੀ ਸੀਗਾ, ਅਸੀਂ ਉਸ ਬਾਗੀ ਬਣੇ ਦੀ ਉਸ ਸੋਚ ਨੂੰ ਲੈ ਕੇ ਚੱਲੇ ਹਾਂ, ਦੱਸਣ ਵਾਸਤੇ ਉਤਰੇ ਧਰਤੀ 'ਤੇ ਕਿ ਹਾਂ ਲੋਕਾਂ ਨੂੰ ਵਰਤਣਾ ਛੱਡ ਦਿਓ, ਲੀਡਰ ਹੋ, ਤੁਹਾਡਾ ਹਸ਼ਰ ਇਹ ਹੋਊਗਾ, ਤੁਸੀਂ ਇਕੱਲੇ ਲੁਧਿਆਣੇ ਦੀ ਗੱਲ ਨਾ ਕਰੋ, ਤੁਸੀਂ ਖਡੂਰ ਸਾਹਿਬ ਦੀ ਗੱਲ ਕਰੋ, ਉੱਥੇ ਕੀ ਹਸ਼ਰ ਹੋਣਾ ਸਾਰੀਆਂ ਰਵਾਇਤੀ ਪਾਰਟੀਆਂ ਦਾ, ਤੁਸੀਂ ਸੰਗਰੂਰ ਦੇ ਵਿੱਚ ਦੇਖੋ ਕੀ ਹਸ਼ਰ ਹੁੰਦਾ, ਫਰੀਦਕੋਟ ਦੇ ਵਿੱਚ ਦੇਖੋ ਕੀ ਰਵਾਇਤੀ ਪਾਰਟੀਆਂ ਦਾ ਹਸ਼ਰ ਹੁੰਦਾ, ਪੰਜਾਬ ਦੇ ਲੋਕ ਦੇਖੀ ਜਾਇਓ ਤੁਸੀਂ ਕੀ ਕਰਦੇ ਆ ਰਵਾਇਤੀ ਪਾਰਟੀਆਂ ਨਾਲ, ਰਵਾਇਤੀ ਪਾਰਟੀਆਂ ਵੋਟਾਂ ਲੈ ਕੇ ਵਰਤਦੀਆਂ ਹੀ ਆ ਨਾ ਲੋਕਾਂ ਨੂੰ, ਹੁਣ ਲੋਕ ਵਰਤ ਕੇ ਦਿਖਾਉਣਗੇ ਉਹਨਾਂ।